ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 4 ਤਰੀਕ, 5ਵਾਂ ਮਹੀਨਾ, ਦਿਨ ਸ਼ਨੀਵਾਰ, ਅਸੀਂ ਬਜਾਜਾ ਪਿੰਡ ਵਿਖੇ ਖੜੇ ਹਾਂ, ਜਿੱਥੇ ਪਰਾਲੀ ਦਾ ਡੰਪ ਲੱਗਾ ਸੀਗਾ ਰਾਣਾ ਇੰਟਰਪ੍ਰਾਈਜ਼ਰ ਦਾ। ਤਾਂ ਇਹਦਾ ਬਹੁਤ ਵੱਡਾ ਨੁਕਸਾਨ ਹੋ ਗਿਆ, ਜੋ ਲੋਕਾਂ ਨੇ ਨਾੜ ਨੂੰ ਅੱਗ ਲਾਈ ਆ। ਚਲੋ, ਇਹਦਾ ਇੱਕ ਨੁਕਸਾਨ ਹੋਇਆ, ਇੱਕ ਜਾਨੀ ਨੁਕਸਾਨ ਵੀ ਹੋਇਆ। ਕੋਈ ਪਦਾਸਾਂ ਪਿੰਡ ਦੇ ਲਾਗੇ ਦਾ ਨੌਜਵਾਨ ਸੀਗਾ ਵੀਰ, ਅੱਗ ਦੀ ਲਪੇਟ ਵਿੱਚ ਕਹਿੰਦੇ ਰੋਡ ਤੋਂ ਜਾ ਰਿਹਾ ਸੀਗਾ, ਧੂੰਏ ਕਰਕੇ ਡਿੱਗ ਪਿਆ ਤੇ ਉਸ ਨੂੰ ਅੱਗ ਲੱਗ ਗਈ ਤੇ ਉਸਦੀ ਵੀ ਮੌਤ ਹੋ ਗਈ ਆ। ਬਹੁਤ ਹੀ ਦੁੱਖਦਾਈ ਖਬਰ ਆ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ, ਪ੍ਰਸ਼ਾਸਨ ਵੀ ਪਹੁੰਚਾ, SHO ਭਲੱਥ ਸਤਿਕਾਰਯੋਗ ਉਹ ਵੀ ਸਾਡੇ ਕੋਲ ਪਹੁੰਚੇ ਆ, ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਵੀ ਜਲੰਧਰ, ਕਪੂਰਥਲਾ, ਕਰਤਾਰਪੁਰ, ਭਲੱਥਾਂ ਤੋਂ ਪਹੁੰਚੀਆਂ, ਪਰ ਅੱਗ ਤੇ ਕੰਟਰੋਲ ਨਹੀਂ ਪਾਇਆ ਗਿਆ। ਜੇ ਆਪਾਂ 2-4 ਦਿਨ ਹੋਰ ਕੱਢ ਲੈਂਦੇ, ਜਿਸ ਕਿਸਾਨ ਨੇ ਲਾਉਣੀ ਸੀਗੀ ਆਪਣੇ ਨਾੜ ਨੂੰ ਅੱਗ, ਜੋ ਆਪਣੀ ਵਾਹੀ ਕਰਕੇ ਆਪਣੇ ਲਾ ਲੈਂਦਾ ਤੇ ਕਿੰਨੀਆਂ ਜੇ ਨੁਕਸਾਨ ਹੋਣੋਂ ਬਚਣਾ ਸੀ। ਲੋਕਾਂ ਦੀ ਬੜੇ ਵੱਡੇ ਪੱਧਰ ਤੇ ਕਣਕ ਵੀ ਸੜ ਗਈ ਆ, ਘਰਾਂ ਚ ਰੱਖੀਆਂ ਤੂੜੀਆਂ ਸੜ ਗਈਆਂ ਆ, ਤੇ ਜੋ ਸਾਡਾ ਨੁਕਸਾਨ ਆ ਬਹੁਤ ਵੱਡੇ ਪੱਧਰ ਤੇ। ਪਿੱਛੇ ਤੁਸੀਂ ਦੇਖੋ ਕਿੱਦਾਂ ਅੱਗ ਦੇ ਭਾਂਬੜ ਮੱਚ ਰਹੇ ਆ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਆ। ਤੇ ਅਸੀਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਜਿਨ੍ਹਾਂ ਤੇ ਇਹ ਅੱਗ ਹੋਈ ਆ, ਵੈਰੀਫਾਈ ਕਰਕੇ ਬਣਦੀ ਕਾਰਵਾਈ ਕਰਕੇ ਸਖ਼ਤ ਤੋਂ ਸਖ਼ਤ ਧਰਾਵਾਂ ਲਾਈਆਂ ਜਾਣ, ਜੋ ਸਾਡਾ ਸਰਕਾਰ ਸਾਫ ਦੇ, ਸਾਡਾ ਜੋ ਮੁਆਵਜ਼ਾ ਆ ਉਹ ਬਣਦਾ ਜ਼ਰੂਰ ਦਿੱਤਾ ਜਾਵੇ। ਨਹੀਂ ਤੁਸੀਂ ਦੇਖੋ ਇੰਨੇ ਵੱਡੇ ਪੱਧਰ ਦੇ ਉੱਤੇ ਸਾਡਾ ਨੁਕਸਾਨ ਹੋ ਗਿਆ, 10,000 ਟਨ ਦੇ ਕਰੀਬ, ਲਗਭਗ 10,000 ਟਨ ਦੇ ਕਰੀਬ ਹੀ ਪਾਲੀ। ਅਸੀਂ ਤੀਲਾ ਤੀਲਾ ਇਕੱਠਾ ਕਰਕੇ ਖੇਤਾਂ ਚੋਂ ਚੱਕਿਆ ਸੀ, ਤੀਲਾ ਤੀਲਾ ਇਕੱਠਾ ਕਰਕੇ, ਅੱਜ ਮਨ ਭਰਿਆ ਆ, ਪਰ ਕੀ ਕਰੀਏ ਹੁਣ। ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਥ ਦਿਓ, ਤੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਸ ਮਾਂ ਦਾ ਪੁੱਤ ਚਲ ਗਿਆ ਉਹ ਵਾਪਸ ਨਹੀਂ ਆਉਣਾ, ਪਰ ਜਿਹਨੇ ਅੱਗ ਦੀ ਸ਼ੁਰੂਆਤ ਕੀਤੀ ਆ ਉਹਤੇ ਬਣਦੀ ਕਾਰਵਾਈ ਜ਼ਰੂਰ ਕਰਨੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 4 ਤਰੀਕ, 5ਵਾਂ ਮਹੀਨਾ, ਦਿਨ ਸ਼ਨੀਵਾਰ, ਅਸੀਂ ਬਜਾਜਾ ਪਿੰਡ ਵਿਖੇ ਖੜੇ ਹਾਂ, ਜਿੱਥੇ ਪਰਾਲੀ ਦਾ ਡੰਪ ਲੱਗਾ ਸੀਗਾ ਰਾਣਾ ਇੰਟਰਪ੍ਰਾਈਜ਼ਰ ਦਾ। ਤਾਂ ਇਹਦਾ ਬਹੁਤ ਵੱਡਾ ਨੁਕਸਾਨ ਹੋ ਗਿਆ, ਜੋ ਲੋਕਾਂ ਨੇ ਨਾੜ ਨੂੰ ਅੱਗ ਲਾਈ ਆ। ਚਲੋ, ਇਹਦਾ ਇੱਕ ਨੁਕਸਾਨ ਹੋਇਆ, ਇੱਕ ਜਾਨੀ ਨੁਕਸਾਨ ਵੀ ਹੋਇਆ। ਕੋਈ ਪਦਾਸਾਂ ਪਿੰਡ ਦੇ ਲਾਗੇ ਦਾ ਨੌਜਵਾਨ ਸੀਗਾ ਵੀਰ, ਅੱਗ ਦੀ ਲਪੇਟ ਵਿੱਚ ਕਹਿੰਦੇ ਰੋਡ ਤੋਂ ਜਾ ਰਿਹਾ ਸੀਗਾ, ਧੂੰਏ ਕਰਕੇ ਡਿੱਗ ਪਿਆ ਤੇ ਉਸ ਨੂੰ ਅੱਗ ਲੱਗ ਗਈ ਤੇ ਉਸਦੀ ਵੀ ਮੌਤ ਹੋ ਗਈ ਆ। ਬਹੁਤ ਹੀ ਦੁੱਖਦਾਈ ਖਬਰ ਆ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ, ਪ੍ਰਸ਼ਾਸਨ ਵੀ ਪਹੁੰਚਾ, SHO ਭਲੱਥ ਸਤਿਕਾਰਯੋਗ ਉਹ ਵੀ ਸਾਡੇ ਕੋਲ ਪਹੁੰਚੇ ਆ, ਫਾਇਰ ਬ੍ਰਿਗੇਡ ਵਾਲੀਆਂ ਗੱਡੀਆਂ ਵੀ ਜਲੰਧਰ, ਕਪੂਰਥਲਾ, ਕਰਤਾਰਪੁਰ, ਭਲੱਥਾਂ ਤੋਂ ਪਹੁੰਚੀਆਂ, ਪਰ ਅੱਗ ਤੇ ਕੰਟਰੋਲ ਨਹੀਂ ਪਾਇਆ ਗਿਆ। ਜੇ ਆਪਾਂ 2-4 ਦਿਨ ਹੋਰ ਕੱਢ ਲੈਂਦੇ, ਜਿਸ ਕਿਸਾਨ ਨੇ ਲਾਉਣੀ ਸੀਗੀ ਆਪਣੇ ਨਾੜ ਨੂੰ ਅੱਗ, ਜੋ ਆਪਣੀ ਵਾਹੀ ਕਰਕੇ ਆਪਣੇ ਲਾ ਲੈਂਦਾ ਤੇ ਕਿੰਨੀਆਂ ਜੇ ਨੁਕਸਾਨ ਹੋਣੋਂ ਬਚਣਾ ਸੀ। ਲੋਕਾਂ ਦੀ ਬੜੇ ਵੱਡੇ ਪੱਧਰ ਤੇ ਕਣਕ ਵੀ ਸੜ ਗਈ ਆ, ਘਰਾਂ ਚ ਰੱਖੀਆਂ ਤੂੜੀਆਂ ਸੜ ਗਈਆਂ ਆ, ਤੇ ਜੋ ਸਾਡਾ ਨੁਕਸਾਨ ਆ ਬਹੁਤ ਵੱਡੇ ਪੱਧਰ ਤੇ। ਪਿੱਛੇ ਤੁਸੀਂ ਦੇਖੋ ਕਿੱਦਾਂ ਅੱਗ ਦੇ ਭਾਂਬੜ ਮੱਚ ਰਹੇ ਆ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਆ। ਤੇ ਅਸੀਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਜਿਨ੍ਹਾਂ ਤੇ ਇਹ ਅੱਗ ਹੋਈ ਆ, ਵੈਰੀਫਾਈ ਕਰਕੇ ਬਣਦੀ ਕਾਰਵਾਈ ਕਰਕੇ ਸਖ਼ਤ ਤੋਂ ਸਖ਼ਤ ਧਰਾਵਾਂ ਲਾਈਆਂ ਜਾਣ, ਜੋ ਸਾਡਾ ਸਰਕਾਰ ਸਾਫ ਦੇ, ਸਾਡਾ ਜੋ ਮੁਆਵਜ਼ਾ ਆ ਉਹ ਬਣਦਾ ਜ਼ਰੂਰ ਦਿੱਤਾ ਜਾਵੇ। ਨਹੀਂ ਤੁਸੀਂ ਦੇਖੋ ਇੰਨੇ ਵੱਡੇ ਪੱਧਰ ਦੇ ਉੱਤੇ ਸਾਡਾ ਨੁਕਸਾਨ ਹੋ ਗਿਆ, 10,000 ਟਨ ਦੇ ਕਰੀਬ, ਲਗਭਗ 10,000 ਟਨ ਦੇ ਕਰੀਬ ਹੀ ਪਾਲੀ। ਅਸੀਂ ਤੀਲਾ ਤੀਲਾ ਇਕੱਠਾ ਕਰਕੇ ਖੇਤਾਂ ਚੋਂ ਚੱਕਿਆ ਸੀ, ਤੀਲਾ ਤੀਲਾ ਇਕੱਠਾ ਕਰਕੇ, ਅੱਜ ਮਨ ਭਰਿਆ ਆ, ਪਰ ਕੀ ਕਰੀਏ ਹੁਣ। ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਥ ਦਿਓ, ਤੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਸ ਮਾਂ ਦਾ ਪੁੱਤ ਚਲ ਗਿਆ ਉਹ ਵਾਪਸ ਨਹੀਂ ਆਉਣਾ, ਪਰ ਜਿਹਨੇ ਅੱਗ ਦੀ ਸ਼ੁਰੂਆਤ ਕੀਤੀ ਆ ਉਹਤੇ ਬਣਦੀ ਕਾਰਵਾਈ ਜ਼ਰੂਰ ਕਰਨੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV।
ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।